ਕਿਰਪਾ ਨਿਦਾਨ ਸਰਬ ਕਲਾ ਸਮਰੱਥ ਕੋਟ
ਬ੍ਰਹਮੰਡਾਂ ਦੇ ਮਾਲਕ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਪਵਿੱਤਰ ਪਾਵਨ ਗੋਦ ਵਿੱਚ ਜੁੜ ਬੈਠੇ ਪਿਆਰੇ ਸੁਭਾਮਾਨ ਸਰਬ ਸਾਧ ਸੰਗਤ ਜੀ, ਆਪ ਸਾਰੇ ਹੀ ਵੱਡਿਆ ਭਾਗਾਂ ਵਾਲੇ ਹੋ ਜੋ ਕਿ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠ ਕੇ ਇਲਾਹੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸੋ ਆਓ ਸਮੇਂ ਨੂੰ ਵਿਚਾਰੀਏ। ਅੱਜ ਦੂਜਾ ਦਿਨ ਗੁਰਮਤਿ ਸੰਗੀਤ ਫੈਸਟੀਵਲ ਦਾ, ਬੜਾ ਹੀ ਮਨ ਖੁਸ਼ ਹੁੰਦਾ ਹੈ ਜਦੋਂ ਮਲੇਸ਼ੀਆ ਦੇ ਸਟੂਡੈਂਟਸ ਬਹੁਤ ਹੀ ਸੋਹਣਾ ਸੁਰ ਵਿੱਚ, ਤਾਲ ਵਿੱਚ, ਸਹਿਜ ਵਿੱਚ ਗੁਰਮਤਿ ਸੰਗੀਤ ਨੂੰ ਸੰਗਤ ਸਾਹਮਣੇ ਲੈ ਕੇ ਆ ਰਹੇ ਨੇ। ਬੜੀ ਹੀ ਮਿਹਨਤ ਹੈ ਬੱਚਿਆਂ ਦੀ, ਆਲ ਕਮੇਟੀ ਦੀ, ਆਲ ਮੈਨੇਜਮੈਂਟ ਉਸਤਾਦ ਜਨਾ ਦੀ। ਸੋ ਆਓ ਮੈਂ ਆਪ ਜੀ ਨੂੰ ਬਹੁਤ ਹੀ ਸੋਹਣੀ ਰਾਗ ਰੀਤ ਰਾਗ ਬਸੰਤ ਦੀ, ਪਿਆਰੇ ਉਸਤਾਦ ਜੀ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੀ ਇਹ ਕੰਪੋਜੀਸ਼ਨ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਦੋਵੇਂ ਪਾਸੇ ਸਕਰੀਨ ਲੱਗੀ ਹੈ, ਸੰਗਤ ਵਿੱਚ ਬਹਿੰਦੇ ਆਪ ਜੀ ਨੇ ਨਾਲ ਨਾਲ ਗੁਰਬਾਣੀ ਗਾਇਨ ਦੀ ਕਿਰਪਾਲਤਾ ਕਰਨੀ, ਕੋਈ ਰਸਨਾ ਵਾਂਝੀਆਂ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਸ਼ਬਦ, ਰਾਮ ਰਾਮ ਬੋਲ ਰਾਮ ਰਾਮ ਤਿਆਗਹੁ ਮਨ ਕੇ ਸਗਲ ਕਾਮ, ਕੋਈ ਰਸਨਾ ਵਾਂਝੀਆਂ ਰਹੇ। ਸਾਰੇ ਹੀ ਪਿਆਰ ਨਾਲ ਜਾਓ। ਰਾਮ ਰਾਮ ਬੋਲ ਰਾਮ ਰਾਮ ਬੋਲ ਰਾਮ ਪਵਿੱਤ ਹੋ
जिस सिमरे Yeah.
सकल धर्म
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਭਾਅ ਇੱਕ ਸ਼ਬਦ ਦਾ ਹੋਰ ਹੁਕਮ ਹੋਇਆ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰਦਾ। Guru
ਸਤਸੰਗਤ ਜੀਓ, ਰਾਗ ਕਲਿਆਣ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਵਈਆ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਓ। ਕੰਪੋਜੀਸ਼ਨ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਪਿਆਰੇ ਉਸਤਾਦ ਜੀ ਦੀ ਕੰਪੋਜੀਸ਼ਨ ਦਾ ਆਪ ਜੀ ਰੰਗ ਵੇਖਣਾ ਸਵਈਆ ਰਾਗ ਰਹਿਤ ਬਾਣੀ ਹੈ ਅਤੇ ਪਰ ਖੁਸ਼ਬੂ ਕਿ ਕਲਿਆਣ ਇੱਕ ਪੀਸਫੁੱਲ ਰਾਗ ਹੈ। ਸੋ ਆਓ ਕੋਈ ਰਸਨਾ ਵਾਂਝਣੇ ਰਵੇ ਸਾਰੇ ਹੀ ਪਿਆਰ ਨਾਲ ਇਸ ਸ਼ਬਦ ਦਾ ਆਨੰਦ ਮਾਣੋ। ਤਾ ਪਰਮ ਗੁਰੂ ਨਾਨਕ ਗੁਣ ਗਾਵੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।